ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦਾ। ਖਬਰ ਲੈਂਦੇ ਹਾਂ ਜੀ ਜੰਮੂ ਕਸ਼ਮੀਰ ਤੋਂ। ਪਾਕਿਸਤਾਨ ਵੱਲੋਂ ਹੁਣ ਜਦੋਂ ਅੱਤਵਾਦੀ ਭੇਜਣੇ ਬੰਦ ਹੋ ਰਹੇ ਨੇ, ਕਿਉਂਕਿ ਭਾਰਤੀ ਆਰਮੀ ਨੇ, ਭਾਰਤੀ ਫੌਜ ਨੇ ਪਾਕਿਸਤਾਨ ਵੱਲੋਂ ਭੇਜੇ ਗਏ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ ਔਰ ਆਏ ਦਿਨ ਪਕੜੇ ਵੀ ਗਏ ਨੇ ਔਰ ਮੁਕਾਬਲੇ ਦੇ ਵਿੱਚ ਮਾਰੇ ਵੀ ਗਏ ਨੇ। ਹੁਣ ਇਹਨਾਂ ਨੇ ਇੱਕ ਨਵੀਂ ਚਾਲ ਸ਼ੁਰੂ ਕਰ ਦਿੱਤੀ ਵੀਜ਼ੇ 'ਤੇ। ਔਰ ਦੋਸਤੋ, ਮੈਂ ਦੱਸਣਾ ਚਾਹੁੰਦਾ ਕਿ ਜਿਸ ਖਬਰ ਦੇ ਨਾਲ ਮੈਂ ਆਪ ਸਭ ਨੂੰ ਰੂਬਰੂ ਕਰਵਾਉਣ ਜਾ ਰਿਹਾ, ਦਰਅਸਲ ਉਹ ਖਬਰ ਹੈ ਕਿ ਜੰਮੂ ਕਸ਼ਮੀਰ ਦੇ ਦੋ ਲੜਕੇ ਜਿਹੜੇ ਕਿ ਬਕਾਇਦਾ ਤੌਰ 'ਤੇ ਵੀਜ਼ਾ ਦਿੱਤਾ ਗਿਆ ਅੰਬੈਸੀ ਵੱਲੋਂ, ਪਾਕਿਸਤਾਨ ਦੀ ਅੰਬੈਸੀ ਵੱਲੋਂ, ਔਰ ਉੱਥੇ ਜਾ ਕੇ ਉਹਨਾਂ ਨੇ ਟ੍ਰੇਨਿੰਗ ਲਈ। ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੰਮੂ ਕਸ਼ਮੀਰ ਵਿੱਚ ਵੱਧ ਤੋਂ ਵੱਧ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰੋ। ਲੇਕਿਨ ਭਾਰਤੀ ਆਰਮੀ ਨੂੰ ਮੁਬਾਰਕਬਾਦ ਹੈ, ਉਹਨਾਂ ਨੇ ਇਹਨਾਂ ਦੋਹਾਂ ਜ਼ਿੰਦਾ ਅੱਤਵਾਦੀਆਂ ਨੂੰ ਪਕੜ ਲਿਆ ਗਿਆ ਹੈ। ਇਸ ਸਾਰੇ ਮੁੱਦੇ 'ਤੇ ਬੋਲਦਿਆਂ ਹੋਇਆਂ DGP ਸਾਹਿਬ ਮਿਸਟਰ ਵੈਦ ਨੇ ਕੀ ਕਿਹਾ, ਸੁਣੋ ਤੁਸੀਂ। ਉਨਕੋ ਪਕੜਾ ਔਰ ਜਬ ਪੁੱਛਤਾਛ ਕੀ ਤੋ ਉਨਸੇ ਪਤਾ ਚਲਾ ਕਿ ਉਹ ਵੈਲਿਡ ਵੀਜ਼ਾ ਕੇ ਥਰੂ ਬਾਘਾ ਬਾਰਡਰ ਸੇ ਗਏ ਥੇ ਔਰ ਵਹਾਂ ਟ੍ਰੇਨਿੰਗ ਲੈ ਕੇ ਟ੍ਰੇਨਿੰਗ ਕੈਂਪ ਮੈਂ ਔਰ ਵਾਪਸ ਆਏ ਹੈ। ਜਬ ਸੇ ਆਰਮੀ ਨੇ ਔਰ BSF ਨੇ ਬਾਰਡਰ ਪੇ ਸਖਤੀ ਕੀ ਹੈ ਤੋ ਐਕਸਫਿਲਟਰੇਟ ਕਰਨਾ ਮੁਸ਼ਕਿਲ ਹੋ ਰਹਾ ਹੈ, ਤੋ ਯੇ ਤਰੀਕਾ ਹਮਾਰਾ ਪੜੋਸੀ ਮੁਲਕ ਇਸਤੇਮਾਲ ਕਰ ਰਹਾ ਹੈ। ਬਿਲਕੁਲ ਜੀ, ਇਹਨਾਂ ਨੇ ਮੰਨਿਆ ਹੈ ਕਿ ਅਸੀਂ ਬਕਾਇਦਾ ਤੌਰ 'ਤੇ ਉੱਥੇ ਜਾ ਕੇ ਟ੍ਰੇਨਿੰਗ ਲਈ ਔਰ ਇਹਨਾਂ ਨੇ ਇਹ ਵੀ ਦੱਸਿਆ ਗਿਆ ਕਿ ਇਸਲਾਮਾਬਾਦ ਦੇ ਬਿਲਕੁਲ ਨੇੜੇ ਹੈ ਜੀ ਟ੍ਰੇਨਿੰਗ ਕੈਂਪ, ਉਸ ਨੂੰ ਇਹਨਾਂ ਨੇ ਦੱਸਿਆ, ਨਾਮ ਵੀ ਦਿੱਤਾ ਗਿਆ ਹੈ ਕਿ ਵਰਮਾ ਟ੍ਰੇਨਿੰਗ ਕੈਂਪ ਹੈ, ਇੱਕ ਵਰਮਾ ਮੁਹੱਲਾ ਹੈ ਜਿੱਥੇ ਸਾਰੇ ਟ੍ਰੇਨਿੰਗ ਕੈਂਪ ਚੱਲਦਾ ਹੈ। ਔਰ ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਦੱਸਿਆ ਕਿ ਟ੍ਰੇਨਿੰਗ ਦੇ ਦੌਰਾਨ 10-10 ਸਾਲ ਦੇ ਬੱਚੇ ਵੀ ਜਿਹੜੇ ਕਿ ਉੱਥੇ ਉਹਨਾਂ ਨੂੰ ਮਤਲਬ ਟ੍ਰੇਨਿੰਗ ਦੇ ਰਹੇ ਨੇ, ਉਹ ਲੋਕ ਸਿਰਫ ਇਸ ਕਰਕੇ ਕਿ ਭਾਰਤ ਵਿੱਚ ਜਾ ਕੇ ਦਹਿਸ਼ਤ ਫੈਲਾਉਣ। ਉਹਨਾਂ ਨੇ ਵੱਡਾ ਖੁਲਾਸਾ ਇਹ ਕੀਤਾ ਕਿ ਇਸ ਤੋਂ ਪਹਿਲਾਂ 2012 ਦੇ ਵਿੱਚ ਵੀ ਸਪੋਰ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੋਇਆ ਸੀ, ਉਦੋਂ ਵੀ ਇਹਨਾਂ ਲੋਕਾਂ ਨੇ ਅੰਜਾਮ ਦਿੱਤਾ। ਮਤਲਬ ਪਾਕਿਸਤਾਨ ਦੀ ਜਿਹੜੀ ਇਹਨਾਂ ਦੋਨਾਂ ਪਕੜੇ ਗਏ ਅੱਤਵਾਦੀਆਂ ਨੇ, ਜ਼ਿੰਦਾ ਅੱਤਵਾਦੀਆਂ ਨੇ ਪੂਰੀ ਤਰ੍ਹਾਂ ਪੋਲ ਖੋਲ੍ਹ ਦਿੱਤੀ ਹੈ। ਔਰ ਦੋਸਤੋ, ਮੈਂ ਦੱਸਣਾ ਚਾਹੁੰਦਾ ਇਹਨਾਂ ਨੇ ਇਹ ਬਹੁਤ ਵੱਡਾ ਖੁਲਾਸਾ ਕੀਤਾ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਘਾਟੀ ਵਿੱਚੋਂ ਪਕੜੇ ਗਏ ਅੱਤਵਾਦੀਆਂ ਨੇ ਕਿਹਾ ਹੈ ਕਿ ਸਾਨੂੰ ਪਾਕ ਹਾਈ ਕਮਿਸ਼ਨ ਵੱਲੋਂ ਬਕਾਇਦਾ ਤੌਰ 'ਤੇ ਵੀਜ਼ਾ ਮਿਲਿਆ ਸੀ। ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਸਲਾਮਾਬਾਦ ਦੇ ਬਰਮਾ ਟਾਊਨ ਦੇ ਵਿੱਚ ਬਹੁਤ ਸਾਰੇ ਅੱਤਵਾਦੀਆਂ ਦੇ ਕੈਂਪ ਨੇ ਔਰ ਇਸ ਕੈਂਪ ਦੇ ਦੌਰਾਨ 10-10 ਸਾਲ ਦੇ ਬੱਚੇ ਵੀ ਉਹਨਾਂ ਦੇ ਹੱਥੇ ਚੜ੍ਹੇ ਹੋਏ ਨੇ। ਔਰ ਕੈਂਪ ਨੂੰ ਚਲਾਉਣ ਵਾਲੇ ਜਿਹੜੇ ਆਤੰਕੀ ਕਮਾਂਡਰ ਨੇ, ਉਹਨਾਂ ਦਾ ਨੇਮ ਕੋਡ ਹੈ ਜੀ ਹੰਜਲਾ, ਅਦਨਾਨ ਅਤੇ ਉਮਰ। ਔਰ ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਜਿੰਨੇ ਵੀ ਅੱਤਵਾਦੀ ਬਣ ਦੀ ਟ੍ਰੇਨਿੰਗ ਲੈ ਰਹੇ ਨੇ ਉਹ ਸਾਰੇ ਦੇ ਸਾਰੇ ਤਕਰੀਬਨ ਜ਼ਿਆਦਾ ਕਰਕੇ ਬਲੋਚਿਸਤਾਨ ਦੇ ਨੇ। ਸੋ ਦੋਸਤੋ, ਇਹ ਇਹਨਾਂ ਨੇ ਖੁਲਾਸਾ ਕੀਤਾ ਹੈ ਔਰ ਮੁਬਾਰਕਬਾਦ ਬਣਦੀ ਹੈ ਜੀ ਭਾਰਤੀ ਆਰਮੀ ਨੂੰ ਔਰ ਜਿਨ੍ਹਾਂ ਨੇ ਕੀਤਾ ਹੈ ਜੀ ਇਹਨਾਂ ਦੋ ਅੱਤਵਾਦੀਆਂ ਨੂੰ ਦਬੋਚਿਆ ਔਰ ਉਹਨਾਂ ਦੇ ਕੋਲੋਂ ਕਰਵਾਇਆ ਵੱਡਾ ਖੁਲਾਸਾ। ਪ੍ਰੋਗਰਾਮ ਦੇ ਅੰਤ ਵਿੱਚ ਦੋਸਤੋ, ਕਮੈਂਟ ਕਰਿਆ ਕਰੋ, ਕਮੈਂਟ ਚੰਗੀ ਭਾਸ਼ਾ 'ਚ ਕਰਿਆ ਕਰੋ, ਵਲਗਰ ਭਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ। ਦੋਸਤੋ, ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੈ, ਉਸ ਦੀ ਪੁਖਤਾ ਜਾਣਕਾਰੀ ਹੈ ਤਾਂ ਪਲੀਜ਼ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ। ਸਾਡੀ ਮੇਲ ID ਹੈ khariyankhariyan@gmail.com। ਜੇ ਸੰਪਰਕ ਕਰਨਾ ਚਾਹੁੰਦੇ ਹੋ 6280-3837-29 'ਤੇ ਕਰ ਵੀ ਸਕਦੇ ਹੋ। ਔਰ ਏਵਨ ਪੰਜਾਬੀ ਤਾਂ ਏਵਨ ਨਿਊਜ਼ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਏਵਨ ਪੰਜਾਬੀ ਤਾਂ ਏਵਨ ਨਿਊਜ਼ ਦੀ ਹਰ ਅਪਡੇਟ ਨਾਲ ਜੁੜ ਸਕੋ। If you like this video, please subscribe the channel, like and share this video. Even Punjabi da sare darshakan nu desh videsh diyan sangatan nu tohfa. Even Punjabi utte koi vi dharmik samagam ya pendu khedan live karwa sakde ho sirf ₹15,000 vich. Ji haan, sirf ₹15,000 vich tuhanu multi setup de naal mixer de naal milega worldwide live on Even Punjabi TV. ਤਾਂ ਫਿਰ ਇੰਤਜ਼ਾਰ ਕਿਸ ਚੀਜ਼ ਦਾ ਹੈ? ਜੇਕਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਧਾਰਮਿਕ ਸਮਾਗਮ ਜਾਂ ਰਵਾਇਤੀ ਖੇਡਾਂ ਦਾ ਸਿੱਧਾ ਪ੍ਰਸਾਰਣ ਏਵਨ ਪੰਜਾਬੀ 'ਤੇ, ਤਾਂ ਸੰਪਰਕ ਕਰ ਸਕਦੇ ਹੋ ਇਹਨਾਂ ਨੰਬਰਾਂ 'ਤੇ।